ਸਸੀਕਾਲ ਜੀ ਸਸੀਕਾਲ ਜੀ ਭਾਈ ਜੀ ਪਾ ਕਿਹੜੀ ਜਗ੍ਹਾ ਤੋਂ ਆ ਜੀ ਅਸੀਂ ਜੀ ਪਿੰਡ ਭੇਣੀ ਰੋੜਾ ਜੀ ਜ਼ਿਲ੍ਹਾ ਲੁਧਿਆਣਾ ਤੇ ਆਪਣੇ ਫਾਰਮ ਦਾ ਕੀ ਨਾਮ ਹੈ ਜੀ ਭੇਣੀ ਰੋੜਾ ਸਟੱਡ ਫਾਰਮ ਤੇ ਆਪਾਂ ਇਹ ਤੋਂ ਇਲਾਵਾ ਹੋਰ ਕਿੰਨੇ ਜਾਨਵਰ ਰੱਖੇ ਹੋਏ ਜੀ ਫਾਰਮ ਤੇ ਆਪਣੇ ਕੋਲ 7-8 ਜਾਨਵਰ ਹੋ ਰਹੇ ਨੇ ਜੀ ਅੱਛਾ ਜੀ ਤੇ ਆਪਾਂ ਅੱਜ ਮੰਡੀ ਦੇ ਸਿਰਫ ਇਹਨੂੰ ਲੈ ਕੇ ਆਏ ਸੀ ਜੀ ਹਾਂਜੀ ਇਹਨੂੰ ਹੀ ਲੈ ਕੇ ਆਏ ਹਾਂ ਪਹਿਲੀ ਵਾਰੀ ਲੈ ਕੇ ਆਏ ਹਾਂ ਨਾਭਾ ਮੰਡੀ ਤੇ ਨਾਭਾ ਮੰਡੀ ਪਹਿਲਾਂ ਲੈ ਕੇ ਆਏ ਪਹਿਲਾਂ ਇਸ ਤੋਂ ਪਹਿਲਾਂ ਮੈਂ ਨਾਲ ਜਗਰਾਉਂ ਲੈ ਕੇ ਆਏ ਸੀ ਹਾਂਜੀ ਉੱਥੇ ਲੈ ਕੇ ਆਏ ਸੀ ਤੇ ਮੰਡੀ ਦਾ ਰਿਸਪੌਂਸ ਕਿਵੇਂ ਰਿਹਾ ਜੀ ਬਹੁਤ ਵਧੀਆ ਰਿਸਪੌਂਸ ਹੈ ਚਲੋ ਹੋਰ ਵੀ ਵਧੀਆ ਰਹਿੰਦਾ ਮੀਂਹ ਨਾ ਪੈਂਦਾ ਜੀ ਹਾਂਜੀ ਹਾਂਜੀ ਜੇ ਮੀਂਹ ਨਾ ਪੈਂਦਾ ਵਧੀਆ ਰੌਣਕ ਜੀ ਰੌਣਕ ਵੈਸੇ ਵੀ ਬਹੁਤ ਵਧੀਆ ਕੱਲ ਨੂੰ ਵੀ ਬਹੁਤ ਵਧੀਆ ਆਉ ਕੱਲ ਨੂੰ ਆਉਂਗੇ ਜੀ ਫੀਲ ਕਰਦੇ ਆ ਵੀ ਸਾਰੇ ਆਉਣ ਠੀਕ ਹੈ ਜੀ ਤੇ ਇਹਦੇ ਬਾਰੇ ਡਿਟੇਲ ਦੋ ਕਿਹੜੇ ਘੋੜੇ ਦਾ ਬੱਚਾ ਜੀ ਇਹ ਬੁਲੰਦ ਘੋੜੇ ਦਾ ਬੱਚਾ ਜੀ ਇਹ ਤੇ ਖਲੀਫਾ ਇਹਦਾ ਨਾਮ ਆ ਖਲੀਫਾ ਹਾਂਜੀ ਹਾਂ ਤੇ ਮੱਜੂ ਕੇ ਲਾਈਨ ਦਾ ਇਹ ਘੋੜਾ ਮੱਜੂ ਕੇ ਲਾਈਨ ਤੇ ਉਮਰ ਕਿੰਨੀ ਹੋ ਗਈ ਇਹਦੀ ਉਮਰ ਇਹਦੀ 5.5 ਸਾਲ ਹੈ ਜੀ ਠੀਕ ਹੈ ਜੀ ਤੇ ਕੱਦ ਕਿੰਨਾ ਕਰ ਗਈ ਇਸ ਟਾਈਮ ਦਾ 60 ਇੰਚ ਕਰਦਾ ਜੀ ਇਹਦਾ 60 ਇੰਚ ਕਰਦਾ ਜੀ ਆਪਣੇ ਘਰ ਦਾ ਜੰਮਿਆ ਹੋਇਆ ਜੀ ਘੋੜਾ ਇਹ ਅੱਛਾ ਜੀ ਤੇ ਦੋ ਸ਼ੋਆਂ 'ਚ ਦੋ ਦਾਂਤ 'ਚ ਫਸਟ ਵੀ ਆਇਆ ਸੀ ਤੇ ਵੱਡੇ ਘੋੜਿਆਂ 'ਚ ਇੱਕ ਵਾਰੀ ਇਹ ਫੋਰਥ ਵੀ ਆਇਆ ਸੀਗਾ ਤੇ ਫਿਫਥ ਵੀ ਆਇਆ ਸੀ ਤੇ ਆਪਾਂ ਇਹਦੀ ਮਾਰਕਿੰਗ ਦੇਖੀਏ ਤਾਂ ਮਾਰਕਿੰਗ ਕੀ ਹੈ ਜੀ ਇਹਦੀ ਮਾਰਕਿੰਗ ਇਹਦੀ 5 ਕਲਿਆਣ ਹੈ ਜੀ ਅੱਛਾ ਜੀ ਚੌਥਾ ਪੈਰ ਵੀ ਹੈਗਾ ਥੋੜਾ ਜਿਹਾ ਠੀਕ ਹੈ ਜੀ ਤੇ ਮੱਥੇ ਪਲੇਸ ਆ ਗਿਆ ਜੀ ਤੇ ਆਪਾਂ ਕ੍ਰੋਸਿੰਗ ਦੀ ਗੱਲ ਕਰੀਏ ਕ੍ਰੋਸਿੰਗ ਸ਼ੁਰੂ ਕਰਤੀ ਇਹਦੀ ਹਾਂਜੀ ਹਾਂਜੀ ਕ੍ਰੋਸਿੰਗ ਇਹਦੀ ਚੱਲ ਰਹੀ ਹੈ ਜੀ ਕੀ ਚਾਰਜ ਲੈਣੇ ਆ ਆਪਾਂ ਇਹਦੇ 25,000 ਚਾਰਜ ਹੈ ਜੀ ਇਹਦਾ ਠੀਕ ਹੈ ਜੀ ਤੇ ਹੁਣ ਤਾਂ ਕਿੰਨੀਆਂ ਘੋੜੀਆਂ ਕ੍ਰੋਸ ਹੋ ਗਈਆਂ ਜੀ ਇਥੇ 70 ਪਲੱਸ ਘੋੜੀਆਂ ਕ੍ਰੋਸ ਹੋ ਗਈਆਂ ਜੀ ਤੇ ਰਿਜ਼ਲਟ ਵਗੈਰਾ ਜੀ ਰਿਜ਼ਲਟ ਵਧੀਆ ਜਿਹੋ ਜਿਹਾ ਘੋੜਾ ਜੀ ਉਹੋ ਜਿਹਾ ਰਿਜ਼ਲਟ ਆ ਰਹੇ ਨੇ ਅੱਛਾ ਰਿਜ਼ਲਟ ਕਿੰਨੇ ਆ ਗਏ ਜੀ ਮਾਰਕੀਟ ਚ ਹੈਗੇ 15 ਕੁ ਬੱਚੇ ਆ ਗਏ ਜੀ ਤੇ ਬੱਚੇ ਆਪਣੇ ਦੀ ਲੈ ਰਹੇ ਜ਼ਿਆਦਾਤਰ ਇਹ ਹਾਂਜੀ ਹਾਂ ਮਾੜਾ ਗੇੜਾ ਘੜਾ ਦੇ ਜੀ ਇਹਦਾ ਗੇੜਾ ਘੜਾ ਦੋ ਮਾੜਾ ਲਿਆਓ ਜੀ ਮੋੜ ਲਓ अपना कॉन्टैक्ट नंबर ते नाम दस दो जी हाँ जी मेरा नाम जगप्रीत सिंह ग्रेवाल ते पिंड भेणी रोड़ा कॉन्टैक्ट नंबर है 9779121079 इस वीडियो राही दर्शकों को मैसेज देना चाहोगे जी मैसेज आही है जी बहुत वधिया शौक है जी ये शौक के नाल नाल आपां शौक ਵਧੀਆ ਆਪਣਾ ਸ਼ੌਂਕ ਪੂਰਾ ਕਰਦੇ ਹਾਂ ਤਾਂ ਨਾਲ ਜਾਣਾ ਆਮਦਨ ਦਾ ਵੀ ਹੈਗਾ ਬਿਜ਼ਨਸ ਵੀ ਆਪਾਂ ਕਰ ਸਕਦੇ ਹਾਂ ਇਹਦੇ ਰਾਹੀਂ ਅਤੇ ਵਧੀਆ ਸ਼ੌਂਕ ਹੈ ਜੀ ਜੇ ਕਿਸੇ ਨਵੇਂ ਬੰਦੇ ਨੇ ਕੰਮ ਸ਼ੁਰੂ ਕਰਨਾ ਹੋਵੇ ਤੁਹਾਡੇ ਹਿਸਾਬ ਨਾਲ ਉਹ ਪਹਿਲਾਂ ਸਾਨ ਘੋੜਾ ਲਵੇ ਘੋੜੀ ਲਵੇ ਬੱਚਾ ਲੈ ਕੇ ਕੰਮ ਸ਼ੁਰੂ ਕਰੇ ਸਾਡੇ ਹਿਸਾਬ ਨਾਲ ਘੋੜੀ ਲਵੇ ਜੀ ਗੱਬਣ ਘੋੜੀ ਗੱਬਣ ਘੋੜੀ ਲਵੇ ਹਾਂਜੀ ਹਾਂਜੀ ਹਿਸਾਬ ਨਾਲ ਵਧੀਆ ਫਿਰ ਚੱਲ ਪੈਂਦਾ ਜੀ ਕਿੰਨਾ ਕੁ ਇਨਵੈਸਟ ਕਰੇ ਪਹਿਲਾਂ ਬੰਦਾ ਜ਼ਿਆਦਾ ਨਹੀਂ ਘੱਟ ਕਿੰਨਾ ਕੁ ਕਰੇ ट्रेलर ਇਹ ਜਿਵੇਂ ਟ੍ਰੇਲਰ ਤੁਹਾਡਾ ਸਾਰੀ ਮੰਡੀ ਤੋਂ ਸਭ ਤੋਂ ਯੂਨੀਕ ਟ੍ਰੇਲਰ ਤੁਹਾਡਾ ਜੀ ਕਈ ਮੰਡੀਆਂ ਨੂੰ ਕਵਰ ਕੀਤੀਆਂ ਉਹ 'ਚ ਮੈਂ ਕਈ ਵਾਰ ਪੁੱਛਿਆ ਵੀ ਕਿਹਦਾ ਮੈਨੂੰ ਪਤਾ ਨਹੀਂ ਲੱਗਿਆ ਅੱਜ ਦੇਖਿਆ ਤਾਂ ਪਤਾ ਲੱਗਿਆ ਵੀ ਤੁਹਾਡਾ ਟ੍ਰੇਲਰ ਅਤੇ ਤੁਸੀਂ ਸਾਨੂੰ ਇਸ ਕਿੰਨੇ ਕੁ ਦਿਨ ਤਿਆਰ ਹੋ ਗਿਆ ਟ੍ਰੇਲਰ ਇਹ ਟ੍ਰੇਲਰ ਜੀ ਲਗਭਗ 4 ਲੱਖ ਦਾ ਜਾਣੀ ਤਿਆਰ ਹੁੰਦਾ ਜੀ ਅਤੇ ਅਸੀਂ ਸੈਕਿੰਡ ਹੈਂਡ ਲਿਆ ਸੀਗਾ ਅੱਛਾ ਅਤੇ ਇੱਕ 7-8 ਮਹੀਨੇ ਹੋਏ ਜੀ ਲਏ ਤੇ ਇਹ 4 ਟਾਇਰੀ ਹੈ ਜੀ ਹਾਂਜੀ ਤੇ ਮੈਨੂੰ ਲੱਗਦਾ ਕਮਾਣੀਆਂ ਲੱਗੀਆਂ ਹੋਈਆਂ ਹਾਂਜੀ ਹਾਂਜੀ ਤੇ ਹੋਰ ਕੀ ਕੀ ਫੀਚਰ ਨੇ ਜੀ ਇਹਦੇ ਫੀਚਰ ਇਹਦੇ
अंदर जो खोलते हैं स्पेस बहुत है जी, एक स्टेलियन वास्ते बहुत स्पेस है जी, दो घोड़ियाँ खड़ सकती ये मेहर ठीक है जी। इतने जो बंदा नाल आता समान वगैरह रख सकते जी, रख सकते जी, बैठ सकते जी। अच्छा जी, पखा लगे वेंटीलेशन लिए बहुत वधिया जी, ठीक है जी, लाइटिंग वगैरह बहुत अच्छी है जी ये। अगले पासे जी अगले पासे समान समान रखना छोटी ट्राली जिन्हें कह सकते समान आया पर जानवर सेफ रहा अगे साइड से भी कुशन वगैरह लगे हुए हैं जी। एक मैं होर ऐड ऑन करना चाहता, घोड़ा जो खलीफा से अपना यद फादर अपने को बुलंद घोड़ा आप सोनू प्रैन बाई ने सेल किया जगराओं मंडी चूसी किया। हाँ जी हाँ जी, 8 साल पहला हाँ जी मतलब वधिया रेट का सेल होया सी 30 लाख का। अच्छा जी, बच्चा वा जी, तो असी वो घोड़ा ज्योति मांगट से नूरपुर बेट तो उन्होंने तो लिया जी। अच्छा, जेड़े मजू के लाइन है जी यदा जोड़ा मतलब मजू के जोड़ा नीला घोड़ा कह दें आप साढ़े घर जानी वह लास्ट टाइम साढ़े घर जानी होया घोड़ा अभी बिट्टू अंकल अपने कमाल तो ने उन्होंने लिया। अच्छा हाँ जी, थैंक यू वीरे, थैंक यू, थैंक यू वीरे। हाँ जी, एक मिनट मेरे माड़ा लगा।